ਨਮਸਕਾਰ ਫਰੈਂਡਸ ਮੈਂ ਹਾਂ ਡਾਕਟਰ ਵਿਜੇਤਾ ਤੇ ਨੀਜਾ ਲੈ ਕੇ ਹਾਜ਼ਰ ਹਾਂ ਪੰਜਾਬੀ মিডিਆ ਡਿਕਸ਼ਨਰੀ ਦਾ ਅਗਲਾ ਵੀਡੀਓ ਜਿਸ ਦਾ ਟੌਪਿਕ ਹੈ ਆਰ ਐਫ ਆਈ ਡੀ ਸੋ ਦੋਸਤੋ ਇਹ ਟੈਕਨੋਲੋਜੀ ਕੀ ਹੈ ਔਰ ਕੀ ਤੁਸੀਂ ਸਮਝਦੇ ਹੋ ਕਿ ਇਹ ਤੁਹਾਡੀ ਆਮ ਜ਼ਿੰਦਗੀ ਦੇ ਨਾਲ ਜੁੜੀ ਹੈ ਚਲੋ ਇੱਕ ਉਦਾਹਰਣ ਦੇ ਥਰੂ ਇਸ ਦੀ ਗੱਲ ਕਰਦੇ ਹਾਂ ਸੋ ਸੜਕ ਤੇ ਆਉਂਦੇ ਜਾਂਦੇ ਆ ਦੋਸਤੋ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਤੁਹਾਡੀ ਗੱਡੀ ਦੇ ਵਿੱਚ ਟੋਲ ਪਲਾਜ਼ਾ ਦੇ ਉੱਤੇ ਹੁਣ ਟਰਾਂਜੈਕਸ਼ਨ ਕਰਨ ਦੇ ਲਈ ਨਾ ਤਾਂ ਤੁਹਾਨੂੰ ਛੁੱਟੇ ਪੈਸਿਆਂ ਦੀ ਟੈਂਸ਼ਨ ਹੁੰਦੀ ਹੈ ਤੇ ਨਾ ਹੀ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਕਿਉਂ ਕਿਉਂਕਿ ਆਰਐਫਆਈਡੀ ਸਿਸਟਮ ਦੇ ਥਰੂ ਜੋ ਤੁਹਾਡੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਜੋ ਵੀ ਟੈਕਸ ਹੈ ਉਹ ਡਿਜੀਟਲੀ ਤੁਹਾਡੇ ਅਕਾਊਂਟਸ ਦੇ ਵਿੱਚੋਂ ਕੱਟ ਹੋ ਜਾਂਦਾ ਸੋ ਇਹ ਵੀ ਜਿਹੜੀ ਹੈ ਆਰਐਫਆਈਡੀ ਟੈਕਨੋਲੋਜੀ ਦੀ ਉਦਾਹਰਨ ਹੈ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਕਿਸੇ ਮਾਲ 'ਚ ਜਾਂਦੇ ਹੋਰ ਅਗਰ ਕੋਈ ਕਿਸੇ ਕਪੜੇ ਨੂੰ ਚੋਰਾ ਕੇ ਜਾਂ ਕਿਸੇ ਚੀਜ਼ ਨੂੰ ਚੋਰਾ ਕੇ ਮਾਲ 'ਚੋਂ ਨਿਕ ਕਰਦਾ ਹੈ ਤਾਂ ਉਸ ਦੇ ਵਿੱਚ ਵੀ ਸਾਇਰਨ ਵੱਜਨੇ ਸ਼ੁਰੂ ਹੋ ਜਾਂਦੇ ਨੇ ਸੋ ਇਹ ਕਿਵੇਂ ਪੋਸੀਬਲ ਹੈ ਦੋਸਤੋ ਇਹ ਵੀ ਐਂਟੀ ਟੈਗਸ ਜਿਹੜੇ ਨੇ ਕੱਪੜਿਆਂ ਦੇ ਉੱਤੇ ਜਾਂ ਅਲੱਗ-ਅਲੱਗ ਚੀਜ਼ਾਂ ਦੇ ਉੱਤੇ ਲਗਾਏ ਜਾਂਦੇ ਨੇ ਤਾਂ ਕਿ ਚੋਰਾਂ ਨੂੰ ਔਰ ਉਹਨਾਂ ਦੀ ਚੋਰੀ ਨੂੰ ਵੀ ਟਰੈਕ ਕੀਤਾ ਜਾ ਸਕੇ ਤਾਂ ਇਹ ਵੀ ਆਰ ਆਫ ਆਈ ਡੀ ਜੋ ਸਿਸਟਮ ਹੈ ਜੋ ਟੈਕਨੋਲੋਜੀ ਹੈ ਉਸ ਦੀ ਹੈਲਪ ਨਾਲ ਹੀ ਹੋ ਸਕਦਾ ਹੈ ਤੋ ਦੋਸਤੋ ਆਰਐਫਆਈਡੀ ਹੈ ਕੀ ਆਰਐਫਆਈਡੀ ਦੀ ਫੁੱਲ ਫਾਰਮ ਹੈ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਔਰ ਇਸ ਟੈਕਨੋਲੋਜੀ ਨੂੰ ਅਸੀਂ ਆਪਣੀ ਆਮ ਜ਼ਿੰਦਗੀ ਦੇ ਵਿੱਚ ਬੜੀ ਥਾਵਾਂ ਤੇ ਯੂਜ਼ ਕਰਦੇ ਹਾਂ ਅ ਤੁਸੀਂ ਅਕਸਰ ਦੇਖਿਆ ਹੋਏਗਾ ਕਿ ਅੱਜ ਕੱਲਰ ਅਗਰ ਅਸੀਂ ਕਿਸੇ ਨੂੰ ਕੋਈ ਵੀ ਕੂਰੀਅਰ ਪੋਸਟ ਕਰਦੇ ਹਾਂ ਤਾਂ ਅਸੀਂ ਬੜੀ ਈਜ਼ੀਲੀ ਟਰੈਕ ਕਰ ਸਕਦੇ ਹਾਂ ਕਿ ਜੋ ਵੀ ਅਸੀਂ ਭੇਜਿਆ ਹੈ ਉਹ ਇਸ ਸਮੇਂ ਕਿੱਥੇ ਹੈ ਔਰ ਸਾਹਮਣੇ ਵਾਲਾ ਜਿਹੜਾ ਇਨਸਾਨ ਹੈ ਉਹ ਤੱਕ ਉਹਦੇ ਤੱਕ ਉਹ ਕਿੱਥੇ ਤੱਕ ਪਹੁੰਚ ਪਾਏਗਾ ਸੋ ਦੋਸਤੋ ਆਰਐਫਆਈਡੀ ਜਿਹੜਾ ਹੈ ਇਹ ਸਿਸਟਮ ਇਹ ਟੈਕਨੋਲੋਜੀ ਜਿਹੜੀ ਹੈ ਅਗਰ ਅਸੀਂ ਦੀ ਹਿਸਟਰੀ ਦੀ ਗੱਲ ਕਰੀਏ ਤਾਂ ਕੋਈ ਇਸ ਨੂੰ 1920 ਦੇ ਵਿੱਚ ਜਿਹੜਾ ਰਡਾਰ ਸਿਸਟਮ ਸੀ ਉਹਦੇ ਨਾਲ ਜੋੜ ਕੇ ਦੇਖਦਾ ਹੈ ਕੋਈ ਇਸ ਨੂੰ 1935 ਦੇ ਵਿੱਚ ਇਸ ਦੀ ਯੂਸੇਜ ਦੀ ਗੱਲ ਕਰਦਾ ਹੈ ਕੋਈ 1945 ਦੇ ਵਿੱਚ ਵਰਲਡ ਵਾਰ 2 ਦੇ ਨਾਲ ਵੀ ਇਸ ਦੇ ਕਨੈਕਸ਼ਨ ਦੀ ਗੱਲ ਕਰਦਾ ਹੈ ਲੇਕਿਨ ਜਿਹੜੀ ਇਹਦੀ ਅਸਲ ਪੇਟੈਂਟ ਹੈ ਉਹ 1983 ਦੇ ਵਿੱਚ ਚਾਰਲਸ ਵੋਲਟਰ ਨੇ ਕੀਤਾ ਸੀ ਔਰ ਹੀ ਵਾਸ ਐਨ ਅਮਰੀਕਨ ਔਰ ਇਹ ਜਿਹੜੀ ਯੂਸੇਜ ਹੈ ਉਹ ਪਿਛਲੇ 20 ਸਾਲਾਂ ਤੋਂ ਜ਼ਿਆਦਾ ਵਧੀ ਹੈ ਉਕਾਓ ਦੋਸਤੋ ਜਿਵੇਂ ਕਿ 1960-70 ਦੇ ਦਸ਼ਕ ਦੇ ਵਿੱਚ ਜਿੱਦਾਂ ਕਿ ਕੰਪਿਊਟਰ ਜਿਹੜੀ ਨੈਟਵਰਕਿੰਗ ਹੈ ਉਹ ਬੜੀ ਈਜ਼ੀਲੀ ਜਿਹੜੀ ਹੈ ਉਹ ਹੋਂਦ ਵਿੱਚ ਆ ਚੁੱਕੀ ਸੀ ਲੇਕਿਨ ਉਹ ਫੇਮਸ ਹੋਈ ਜਦੋਂ ਕਿ ਇੰਟਰਨੈਟ ਦਾ ਐਡਵੈਂਟਾ ਯਾ 1990 ਤੋਂ ਬਾਅਦ ਇਸੇ ਤਰ੍ਹਾਂ ਨਾ ਆ ਰਿਹਾ ਹੈ ਆਰਐਫਆਈਡੀ ਟੈਕਨੋਲੋਜੀ ਵੀ ਉਹਦੋ ਹੀ ਚਰਚਾ ਦਾ ਵਿਸ਼ਾ ਬਣੀ ਜਦੋਂ ਕਿ ਇੰਟਰਨੈਟ ਆਫ ਥਿੰਗਸ ਦੀ ਟੈਕਨੋਲੋਜੀ ਆਈ ਸੋ ਇਸ ਟੈਕਨੋਲੋਜੀ ਦੇ ਨਾਲ ਸਾਡੀ ਜਿਹੜੀ ਆਮ ਜ਼ਿੰਦਗੀ ਹੈ ਉਹ ਕਾਫੀ ਥਾਵਾਂ ਤੇ ਜੁੜੀ ਹੋਈ ਹੈ ਅਗਰ ਅਸੀਂ ਆਪਣੇ ਪੈਟਸ ਨੂੰ ਵੀ ਟਰੈਕ ਕਰਨਾ ਹੋਵੇ ਕਿਤੇ ਨਾ ਕਿਤੇ ਉਹ ਚਾਵਲ ਦੇ ਦਾਣੇ ਜਿੰਨੀ ਅਗਰ ਚਿਪਕਸੀ ਉਹਨਾਂ ਦੇ ਬੋਡੀ ਦੇ ਵਿੱਚ ਫਿਟ ਕਰ ਦਿੰਦੇ ਆ ਉਹਨਾਂ ਦੀ ਸਕਿਨ ਦੇ ਨਾਲ ਜੋੜ ਦਿੰਦੇ ਆ ਤਾਂ ਅਸੀਂ ਬੜੀ ਈਜ਼ੀਲੀ ਉਹਨਾਂ ਨੂੰ ਲੋਕੇਟ ਕਰ ਸਕਦੇ ਆ ਇਸੇ ਤਰ੍ਹਾਂ ਵੱਡੇ ਵੱਡੇ ਬਿਜ਼ਨਸ ਵੇਅਰ ਹਾਊਸਿਸ ਦੇ ਵਿੱਚ ਇੱਥੇ ਕਿ ਪੂਰਾ ਸਾਮਾਨ ਮੈਨੇਜ ਕਰਨਾ ਔਰ ਕਿਸੇ ਵੀ ਆਈਟਮ ਨੂੰ ਫਾਈਂਡ ਆਊਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਸੀ ਪਹਿਲੇ ਸਮੇਂ ਦੇ ਵਿੱਚ ਹੁਣ ਆਰ ਐਫ ਆਈ ਡੀ ਟੈਗਸ ਦੀ ਹੈਲਪ ਦੇ ਨਾਲ ਅਸੀਂ ਬੜੀ ਈਜ਼ੀਲੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੋਕੇਟ ਕਰ ਸਕਦੇ ਆ ਸੋ ਵੱਡੇ ਵੱਡੇ ਮਾਲਸ ਜਿਨ੍ਹਾਂ ਦੇ ਵਿੱਚ ਅਸੀਂ ਅਕਸਰ ਜਾਂਦੇ ਹਾਂ ਉਹਨਾਂ ਦੇ ਵਿੱਚ ਆਰ ਐਫ ਆਈ ਡੀ ਟੈਕਨੋਲੋਜੀ ਨੂੰ ਬੜੀ ਅੱਛੀ ਤ ਆ ਇਸ ਟੈਕਨੋਲੋਜੀ ਦੇ ਜਿੱਥੇ ਸਾਨੂੰ ਬਹੁਤ ਸਾਰੇ ਫਾਇਦੇ ਨੇ ਉੱਥੇ ਹੀ ਕੁਝ ਨੁਕਸਾਨ ਵੀ ਨੇ ਦੋਸਤੋ ਨੁਕਸਾਨ ਇਹ ਨੇ ਕਿ ਇਹ ਜਿਹੜਾ ਪੂਰਾ ਸਿਸਟਮ ਹੈ ਹਜੇ ਕਿਸੇ ਵੀ ਤਰ੍ਹਾਂ ਦੇ ਨਾਲ ਫੁੱਲੀ ਇਸ ਨੂੰ ਲੈ ਕੇ ਕੋਈ ਸਿਕਿਉਰਿਟੀ ਕੋਈ ਪ੍ਰੋਟੈਕਸ਼ਨ ਸਾਨੂੰ ਨਹੀਂ ਮਿਲੀ ਹੈ ਸੋ ਜਿਹੜੀ ਸਾਡੀ ਆਈਡੈਂਟੀਫਿਕੇਸ਼ਨ ਹੈ ਰੇਡੀਓ ਆਈਡੈਂਟੀਫਿਕੇਸ਼ਨ ਇਸ ਨੂੰ ਬੜੀ ਈਜ਼ੀਲੀ ਕਲੋਨ ਕੀਤਾ ਜਾ ਸਕਦਾ ਹੈ ਇਸ ਨੂੰ ਹੈਕ ਕੀਤਾ ਜਾ ਸਕਦਾ ਹੈ ਮਿਸਯੂਜ਼ ਕੀਤਾ ਜਾ ਸਕਦਾ ਹੈ ਔਰ ਸਾਈਬਰ ਕ੍ਰਾਈਮ ਦਾ ਹੈ ਬੜੀ ਈਜ਼ੀਲੀ ਸ਼ਿਕਾਰ ਹੋ ਜਾਂਦਾ ਹੈ ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਵਰਤੀਏ ਲੇਕਿਨ ਬੜੀ ਹੀ ਸਤਰਕਤਾ ਦੇ ਨਾਲ ਔਰ ਗਰਮੈਂਟ ਨੂੰ ਵੀ ਇਸ ਦਿਸ਼ਾ ਦੇ ਵਿੱਚ ਬਹੁਤ ਸਾਰੇ ਕਦਮ ਜਿਹੜੇ ਨੇ ਉਠਾਉਣੇ ਚਾਹੀਦੇ ਨੇ ਸੋ ਅਜਹੀਆਂ ਹੋਰ ਟਰਮਸ ਦੇ ਲਈ ਜੁੜੇ ਜੁੜੇ ਰਹੂ ਮੇਰੇ ਯਾਨੀ ਕਿ ਡਾਕਟਰ ਵਿਜੇਤਾ ਦੇ ਨਾਲ ਅੱਜ ਦੇ ਲਈ ਇੰਨਾ ਹੀ ਧੰਨਵਾਦ